ਤਦੀ ਤੁਹਾਨੂੰ ਮਜ਼ਾ ਆਉਣ ਵਾਲਾ ਹੈ ਔਰ ਹਰ ਅਸੈਸਰੀ ਦੇ ਨਾਲ ਪੰਜਾਬੀ ਬੋਲੀ ਹੋਏਗੀ ਤੇ ਉਸ ਨੂੰ ਤੁਸੀਂ ਇੰਜੋਏ ਕਰੋਗੇ ਤਾਂ ਚਲੋ ਹੁਣ ਅਸੀਂ ਸ਼ੁਰੂ ਕਰਦੇ ਹਾਂ ਕੈਂਠੇ ਤੋਂ ਤੇ ਮੈਂ ਫਰੈਂਡਸ ਤੁਹਾਨੂੰ ਸਭ ਤੋਂ ਪਹਿਲੇ ਦਿਖਾਵਾਂਗੀ ਕੈਂਠਾ ਇਹ ਦੇਖੋ ਇਸ ਦੀ ਬਨਾਵਟ ਜੋ ਹੈ ਇਹ ਗਲੇ ਵਿੱਚ ਪਾਇਆ ਜਾਂਦਾ ਹੈ ਤੇ ਇਸ ਤਰ੍ਹਾਂ ਹੈ ਇਹਦੇ ਥਰੈਡ ਲੱਗਿਆ ਹੁੰਦਾ ਹੈ ਤੇ ਇਹ ਪੰਗੜੇ ਗਿੱਧੇ ਵਿੱਚ ਯੂਜ਼ ਹੁੰਦਾ ਹੈ ਤੇ ਕੈਂਠਾ ਤੁਸੀਂ ਗਾਣਾ ਵੀ ਸੁਣਿਆ ਹੋਇਆ ਕੈਂਠੇ ਵਾਲਾ ਪੁੱਛੇ ਮੇਰਾ ਨਾਮ ਹੈਨਾ ਤੇ ਅਸੀਂ ਕੈਂਠੇ ਦੇ ਉੱਤੇ ਹੁਣ ਬੋਲੀ ਪਾਵਾਂਗੇ ਉਰੇਲੇ ਬਾਜ਼ਾਰ ਵਿੱਚ ਕੈਂਠਾ ਕੜਾਨੀਆਂ ਪਰਲੇ ਬਾਜ਼ਾਰ ਵਿੱਚ ਬੰਦ ਗਜਰੇ ਅੱਡ ਹੁਵਾਂਗੇ ਜਟਾਣੀ ਤੇਰੇ ਲੱਕ ਬਦਲੇ ਅੱਡ ਹੁਵਾਂਗੇ ਜਟਾਣੀ ਤੇਰੇ ਲੱਕ ਬਦਲੇ ਤੇ ਫਰੈਂਡਸ ਹੁਣ ਅਸੀਂ ਗੱਲ ਕਰਾਂਗੇ ਦੂਸਰੇ ਸ਼ਿੰਗਾਰ ਬਾਰੇ ਇਹ ਹੈ ਹਮੇਲਾ ਹਮੇਲਾ ਜੋ ਗਲ ਵਿੱਚ ਪਾਈਆਂ ਜਾਂਦੀਆਂ ਗਿੱਧੇ ਦੇ ਥਰੂ ਜਦ ਅਸੀਂ ਗਿੱਧਾ ਪਾਉਣ ਜਾਂਦੇ ਹਾਂ ਤੇ ਅਸੀਂ ਆਪਣੇ ਗਲ ਵਿੱਚ ਹਮੇਲਾ ਯੂਜ਼ ਕਰਦੇ ਹਾਂ ਹਮੇਲਾ ਇਹਦੇ ਵਿੱਚ ਪਿੱਪਲ ਪੱਤੀਆਂ ਇਸ ਤਰ੍ਹਾਂ ਤਵੀਤੀਆਂ ਇਸ ਤਰ੍ਹਾਂ ਦੇ ਪਾਏ ਹੁੰਦੇ ਔਰ ਧਾਗੇ ਦੇ ਵਿੱਚ ਬੁਣਿਆ ਜਾਂਦਾ ਇਸ ਨੂੰ ਨਾ ਤੇ ਇਸ ਨੂੰ ਹਮੇਲਾ ਕਹਿੰਦੇ ਆ ਤੇ ਇਸ ਦੇ ਉੱਤੇ ਬੋਲੀ ਨੰਦ ਘਰ ਚੰਦ ਘਰ ਸਖੀਆਂ ਪਹਿਣਾ ਵੱਡੇ ਘਰਾਂ ਦੀ ਅਜਾਈਆਂ ਵੇ ਗਲ ਵਿੱਚ ਹਾਰ ਹਮੇਲਾ ਚਮਕਣ ਵੇਕਲ ਵਿੱਚ ਹਾਰ ਹਮੇਲਾ ਚਮਕੜ ਪੈਰ ਚਾਂਜਰਾਂ ਪਾਈਆਂ ਆਸੇ ਪਾਸੇ ਚੁੰਮ ਮੁੰਡਿਆਂ ਦਾ ਵੇਖ ਹੁੰਗਾਰਾ ਪਰਦੇ ਘਗਰੇ ਵੀ ਗੱਜਦੇ ਬਹਿ ਜਾ ਕਰਦੇ ਘਗਰੇ ਵੀ ਗੱਜਦੇ ਤੇ ਫਰੈਂਡਸ ਹੁਣ ਅਸੀਂ ਗੱਲ ਕਰਾਂਗੇ ਚੁੰਮਕਿਆਂ ਦੀ ਤੇ ਪੰਜਾਬਣ ਦੀ ਸ਼ਾਨ ਦੇ ਸ਼ਿੰਗਾਰ ਮੈਂ ਤੁਹਾਨੂੰ ਦੱਸ ਰਹੀ ਹਾਂ ਤੇ ਹੁਣ ਅਸੀਂ ਸ਼ਿੰਗਾਰ ਕਿਹੜੇ ਦੀ ਗੱਲ ਕਰਾਂਗੇ ਚੁੰਮਕਿਆਂ ਦੀ ਤੇ ਹਮੇਲਾਂ ਦੇ ਨਾਲ ਜਦ ਵੀ ਗਿੱਧੇ ਵਿੱਚ ਨਚਾਈ ਹੁੰਦੀ ਹੈ ਤਾਂ ਹਮੇਲਾਂ ਦੇ ਨਾਲ ਸੱਗੀ ਫੁੱਲ ਦੇ ਨਾਲ ਹਮੇਸ਼ਾ ਕੰਨਾਂ ਵਿੱਚ ਪਿੱਪਲ ਪੱਤੀਆਂ ਦੀ ਵਰਤੋਂ ਹੁੰਦੀ ਹੈ ਤੇ ਇਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਅੱਜ ਕੱਲ੍ਹ ਜਿਹੜਾ ਟ੍ਰੈਂਡ ਚੱਲ ਰਿਹਾ ਹੈ ਇਸ ਤਰ੍ਹਾਂ ਚੱਲ ਰਿਹਾ ਪਿੱਪਲ ਪੱਤੀਆਂ ਇੱਕਦਮ ਫੋਕ ਯੂਥ ਫੈਸਟੀਵਲ ਵਗੈਰਾ ਵਿੱਚ ਪ੍ਰੋਪਰ ਅਸੈਸਰੀ ਹੁੰਦੀ ਹੈ ਇੱਕ ਪੰਜਾਬਣ ਦੀ ਲੇਕਿਨ ਅੱਜ ਦੇ ਟ੍ਰੈਂਡਿੰਗ ਵਿੱਚ ਇਸ ਤਰ੍ਹਾਂ ਆਉਣ ਲੱਗ ਗਏ ਨੇ ਏਅਰਿੰਗਸ ਜਿਸ ਨੂੰ ਕਹਿੰਦੇ ਹੈ ਇਸ ਵਿੱਚ ਉੱਪਰ ਕੌਲੀਆਂ ਹੁੰਦੀਆਂ ਨਾਲ ਤੁਸੀਂ ਸੂਟ ਦੇ ਨਾਲ ਮੈਚ ਕਰ ਸਕਦੇ ਹੋ ਹਨਾ ਤੇ ਝੁਮਕੇ ਤੇ ਬਹੁਤ ਹੀ ਸਾਰਿਆਂ ਨੂੰ ਬੜਾ ਸ਼ੌਂਕ ਹੁੰਦਾ ਮੈਨੂੰ ਬਹੁਤ ਹੈ ਤੇ ਮੇਰੇ ਕੋਲ ਕਾਫੀ ਨੇ ਹਨਾ ਤੇ ਮੈਂ ਜਦ ਵੀ ਜਾਂਦੀ ਹਾਂ ਮਾਰਕੀਟ ਤੇ ਮੈਂ ਕਦੀ ਵੀ ਖਾਲੀ ਨਹੀਂ ਆਉਂਦੀ ਹਨਾ ਤੇ ਝੁਮਕਿਆਂ ਦੇ ਉੱਤੇ ਬੋਲੀ ਕੰਨਾਂ ਨੂੰ ਚਨਣ ਸੀਆਂ ਚੁੰਮ ਕੇ ਕਰਾ ਦੇ ਕੰਨਾਂ ਨੂੰ ਚਨਣ ਸੀਆਂ ਚੁੰਮ ਕੇ ਕਰਾ ਦੇ ਪੈਰਾਂ ਵਿੱਚ ਸੋਹਣਿਆ ਚਾਂਜਰਾਂ ਕਿੜਾ ਦੇ ਨਿੰਮ ਗਲੀਓ ਗਲੀ ਛਿੜਕਾਉਂਗੀ ਤੇਰੇ ਗੁਣ ਮੈਂ ਚਨਣ ਸੀਆਂ ਗਾਉਂਗੀ ਤੇਰੇ ਗੁਣ ਮੈਂ ਚਨਣ ਸੀਆਂ ਗਾਉਂਗੀ ਤੇ ਫਰੈਂਡਸ ਹੁਣ ਅਸੀਂ ਗੱਲ ਕਰਾਂਗੇ ਸੱਗੀ ਫੁੱਲ ਦੀ ਸੱਗੀ ਫੁੱਲ ਜੋ ਹੈ ਇਸਨੂੰ ਮੱਥੇ ਤੇ ਸਜਾਇਆ ਜਾਂਦਾ ਹੈ ਜਿੱਥੇ ਅਸੀਂ ਟਿੱਕਾ ਲਗਾਉਂਦੇ ਹਾਂ ਇਸ ਤਰ੍ਹਾਂ ਅਸੀਂ ਇਹਨੂੰ ਪਿੱਛੇ ਇਹਦੇ ਨਾਲ ਧਾਗਾ ਦਿੱਤਾ ਹੁੰਦਾ ਅਸੀਂ ਇਹਨੂੰ ਬੰਨ ਸਕਦੇ ਤੁਸੀਂ ਦੇਖਿਆ ਹੋਣਾ ਮੈਂ ਗਿੱਧੇ ਵਗੈਰਾ 'ਚ ਕਾਫੀ ਯੂਜ਼ ਕਰਦੀ ਹਾਂ ਇਸਨੂੰ ਇਸ ਨੇ ਇੱਕਦਮ ਜਦ ਅਸੀਂ ਪੰਜਾਬੀ ਸੂਟ ਪੰਜਾਬੀ ਪਹਿਨਾਵਾ ਜਦ ਪਹਿਨਦੇ ਹਾਂ ਜਦ ਅਸੀਂ ਸੱਗੀ ਫੁੱਲ ਲਗਾਉਂਦੇ ਹਾਂ ਤਾਂ ਹੋਰ ਵੀ ਚਾਰ ਚੰਨ ਲੱਗ ਜਾਂਦੇ ਆ ਤੇ ਤੁਸੀਂ ਵੀ ਟਰਾਈ ਕਰਨਾ ਇਹ ਸੱਗੀ ਫੁੱਲ ਦੇ ਨਾਲ ਇਹ ਹਰ ਸਾਈਜ਼ ਦਾ ਮਿਲ ਜਾਂਦਾ ਹੈ ਲੇਡੀਜ਼ ਦੇ ਬੱਚਿਆਂ ਦੇ ਹਰ ਸਾਈਜ਼ ਦਾ ਤੇ ਮਾਰਕੀਟ 'ਚ ਆਰਾਮ ਨਾਲ ਅਵੇਲੇਬਲ ਹੋਏਗਾ ਤੇ ਤੁਸੀਂ ਵੀ ਟਰਾਈ ਕਰਨਾ ਪੱਚੀਆਂ ਪਿੰਡਾਂ ਦਾ ਵੇ ਮੈਂ ਲੌਂਗ ਕਢਾਇਆ ਵਿੱਚ ਕਰਾ ਲਈ ਸਗੀਨਣਾ ਨੇ ਦਾਦੂ ਨੂੰ ਦਾਦੂ ਨੂੰ ਨੰਦ ਸੀਨਣਾ ਨੇ ਦਾਦੂ ਨੂੰ ਦਾਦੂ ਨੂੰ ਨੰਦ ਸੀ ਤੇ ਫਰੈਂਡਸ ਹੁਣ ਅਸੀਂ ਗੱਲ ਕਰਾਂਗੇ ਚੂੜੀਆਂ ਦੀ ਤੇ ਜਦ ਵੀ ਗਿੱਧੇ 'ਚ ਗਿੱਧੇ ਦੀ ਨਚਾਈ ਹੁੰਦੀ ਹੈ ਗਿੱਧਾ ਅਸੀਂ ਪਰਫੋਰਮ ਕਰਦੇ ਹਾਂ ਤਾਂ ਹਮੇਸ਼ਾ ਸਾਨੂੰ ਹੱਥਾਂ ਵਿੱਚ ਮੈਟਲ ਦੀ ਚੂੜੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ ਅੱਜ ਕੱਲ੍ਹ ਗੁੱਡ ਵੂਮਨ ਵੀ ਆਉਂਦੇ ਨੇ ਹਨਾ ਤੇ ਸਾਨੂੰ ਉਸ ਵਿੱਚ ਕੱਚ ਦੀ ਚੂੜੀ ਨਹੀਂ ਪਾਣੀ ਮੈਂ ਪਹਿਲੇ ਵੀ ਵੀਡੀਓ 'ਚ ਦੱਸਿਆ ਸੀ ਚਾਹੇ ਤੁਸੀਂ ਵੱਡੇ ਹੋ ਛੋਟੇ ਬੱਚੇ ਹੈ ਜਦ ਵੀ ਤੁਸੀਂ ਗਿੱਧੇ ਵਿੱਚ ਨਚਾਈ ਕਰਦੇ ਹੋ ਤੇ ਤੁਸੀਂ ਮੈਟਲ ਦੀ ਹੀ ਚੂੜੀ ਪਾਣੀ ਹੈ ਤੇ ਤੁਸੀਂ ਦੇਖਿਆ ਕਿ ਮੈਂ ਮੈਟਲ ਦੀ ਚੂੜੀ ਮੇਰੇ ਵਰਤੋਂ ਵਿੱਚ ਆ ਜਾਂਦੀ ਇਸ ਕਰਕੇ ਮੈਂ ਹਰ ਤਰ੍ਹਾਂ ਦੇ ਜਿਵੇਂ ਕਲਰਸ ਰੱਖੇ ਹੋਏ ਜਿਹੜੇ ਕਾਮਨ ਕਲਰਸ ਹੁੰਦੇ ਆ ਰੈੱਡ ਗੋਲਡਨ ਹਰਾ ਇਸ ਤਰ੍ਹਾਂ ਹੈ ਨਾ ਤੇ ਇਹ ਮਲਟੀ ਕਲਰਸ ਦਾ ਜਿੱਦਾਂ ਦਾ ਮੇਰਾ ਸੂਟ ਹੁੰਦਾ ਹੈ ਮੈਂ ਉਸ ਤਰ੍ਹਾਂ ਦਾ ਸੈਟਿੰਗ ਮੈਚ ਕਰ ਲੈਂਦੀ ਹਾਂ ਤੇ ਮੈਂ ਪਾ ਲੈਂਦੀ ਹਾਂ ਤੇ ਇਸ ਨਾਲ ਈਜ਼ੀ ਰਹਿੰਦਾ ਹੈ ਜਦ ਵੀ ਤੁਸੀਂ ਪਰਫਾਰਮ ਕਰਨਾ ਤੁਹਾਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ ਪੈਂਦੀ ਤੁਸੀਂ ਫਟਾਫਟ ਆਪਣੇ ਆਪ ਹੀ ਮੈਚਿੰਗ ਕਰ ਲੈਂਦੇ ਹੋ ਤੇ ਆਪਣੇ ਤੁਸੀਂ ਸੂਟ ਦੇ ਨਾਲ ਪਾ ਲੈਂਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਮੈਂ ਇੱਕ ਬਾਕਸ ਵਿੱਚ ਸਾਰੀਆਂ ਮੈਟਲ ਦੀ ਚੂੜੀਆਂ ਇਕੱਠੀਆਂ ਕੀਤੀਆਂ ਹੋਈਆਂ ਜਦ ਵੀ ਮੈਨੂੰ ਤਿਆਰ ਹੋਣਾ ਹੁੰਦਾ ਮੈਂ ਆਪਣਾ ਸੂਟ ਕੱਢਦੀ ਹਾਂ ਸੂਟ ਦੇ ਨਾਲ ਮੈਚ ਕਰਦੀ ਹਾਂ ਤੇ ਮੈਂ ਆਪਣੀ ਵੀਡੀਓਜ਼ ਵਿੱਚ ਖਾਸ ਤੌਰ ਤੇ ਯੂਜ਼ ਕਰਦੀ ਹਾਂ ਕਰੋਨਾ ਟਾਈਮ ਚੱਲ ਰਿਹਾ ਕਿਤੇ ਜਾਣ ਨੂੰ ਹੁੰਦਾ ਨਹੀਂ ਹੈ ਹੈ ਨਾ ਤੇ ਵੀਡੀਓਜ਼ ਵਿੱਚ ਖਾਸ ਤੌਰ 'ਤੇ ਇਹ ਮੇਰੀ ਜਿਹੜੀ ਚੂੜੀਆਂ ਹੈ ਇਹ ਵੀਡੀਓਜ਼ ਵਿੱਚ ਹੀ ਯੂਜ਼ ਹੁੰਦੀ ਹੈ
ਤੇ ਮੈਂ ਤੁਹਾਨੂੰ ਇਸ ਤੇ ਬੋਲੀ ਸੁਣਾਉਂਦੀ ਹਾਂ। ਪੱਗ 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 ਵੇ ਮੈਂ ਚੂੜਾ ਚੜਾਉਣੀ ਆ, ਪਿਛਲੀ ਚੂੜੀ ਚੁਭਦੀ ਆ ਜਿਵੇਂ ਨਣ ਦਿਤਵਾਰੀ ਚੁਭਦੀ ਆ, ਜਿਵੇਂ ਨਣ ਦਿਤਵਾਰੀ ਚੁਭਦੀ ਆ। फ्रेंड्स, उम्मीद करती हाँ आज की वीडियो तुहानू पसंद आई होगी। मैं तुहाडे लई नवी नवी वीडियोज इस तरह की ही बनावांगी जिस विच तुहानू टिप्स कुछ भी हेल्थ दे रिलेटेड, कुछ पंजाबन पहरावे दे अकॉर्डिंगली, जिवें मेरा हेमा लवी चैनल है, मैं किस तरह अपनी वीडियोज शूट करती हाँ, मैं की यूज करती हाँ, तो मैं उस तुहाडे नाल सारा साझा करांगी। ते इस तरह ही तुसी जिस तरह मेरे चैनल नू सपोर्ट कर रहे हो इस तरह ही करते रहो, और अगर तुसी सपोर्ट करोगे, कमेंट्स करोगे, तो एक मोटिवेशनल मिल जाता है कि मोटिवेट हुंदा बंदा कि अच्छी अच्छी वीडियो लैके आने लई। तो इस करके उम्मीद करती हाँ तुसी इस तरह ही मेरे नाल बने रहो, बने रहोगे तो बहुत मज़ा आने वाला है। मेरी अच्छी अच्छी कोशिश रहेगी मैं तुहाडे लई वधिया तो वधिया वीडियो लैके आवां। ते जांदे होए एक लास्ट बोली, इस सड़क ते टाई रुपये, दूजी सड़क ते टाई, टाई टाई जोड़ के मैं सोने दी नत बनवाई, सोने दी नत दा टुट गया कुंडा किसे काम ना आई, पासे हट जा जालमा वे पंजा बन जट्टी आई, पासे हट जा जालमा वे पंजा बन जट्टी आई। ते फ्रेंड्स, तुहानू वीडियो कहो जी लगी कमेंट करके जरूर दसना, मिलते हैं अगली वीडियो च, रब रखा।